ਉਹ 13 ਸਾਲ ਦਾ ਬੱਚਾ ਆਪਣੇ ਹੱਥਾਂ ਦੇ ਵਿੱਚ ਪੰਜਾਬੀ ਲੋਕ ਗਾਇਕ ਸੁਰਿੰਦਰ ਸਿੰਧਾ ਦੀਆਂ ਤਸਵੀਰਾਂ ਆਪਣੇ ਸਕੈਚ ਦੇ ਨਾਲ ਬਣਾ ਕੇ ਇੱਥੇ ਸ਼ਰਧਾਂਜਲੀ ਦੇਣ ਆਇਆ ਕਿਉਂਕਿ ਅੱਜ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ। ਮੈਂ ਬੱਚੇ ਦੀਆਂ ਪਹਿਲੇ ਵੀ ਤਸਵੀਰਾਂ ਦਿਖਾ ਰਿਹਾ ਸੀ ਔਰ 13 ਸਾਲ ਦੇ ਬੱਚੇ ਨੇ ਇਹ ਬੜੇ ਪਿਆਰ ਦੇ ਨਾਲ ਇਹਨਾਂ ਤਸਵੀਰਾਂ ਨੂੰ ਇੱਕ ਸਫੇਦ ਪੇਪਰ ਤੇ ਸਕੈਚ ਦੇ ਨਾਲ ਬੜੀ ਖੂਬਸੂਰਤੀ ਦੇ ਨਾਲ ਇਹ ਬਣਾਈਆਂ ਨੇ। ਇਹ ਬੇਟਾ ਕਦੋਂ ਬਣਾਈਆਂ ਤਸਵੀਰਾਂ? ਇਹ ਮੈਂ ਅੱਜ ਹੀ ਬਣਾਈ ਸੀ। ਹਾਂਜੀ। ਕਿੰਨਾ ਕਿੰਨਾ ਟਾਈਮ ਲੱਗ ਗਿਆ ਬਣਾਉਂਦੇ ਬਣਾਉਂਦੇ? ਇਹਨੂੰ 10-5 ਮਿੰਟ। ਹਾਂਜੀ। ਕਾਦੇ ਵਾਸਤੇ ਬਣਾ ਕੇ ਲਿਆਇਓ ਅੱਜ? ਇਹ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਬਣਾਈ ਆ। ਸ਼ਰਧਾਂਜਲੀ ਦੇਣ ਲਈ? ਹਾਂਜੀ। ਅੱਛਾ, ਕੀ ਕਲਰਸ ਇਸਤੇਮਾਲ ਕੀਤੇ ਨੇ, ਕਿਵੇਂ ਬਣਾਈ ਹੈ? ਕਲਰਸ ਤਾਂ ਵਾਵਾ ਇਸਤੇਮਾਲ ਹੋਇਆ ਤੇ ਵਾਈਟ ਪੇਪਰ ਤੇ ਬਣਾਈ ਆ ਤੇ ਆ ਡਿਟੇਲ ਵੀ ਕੀਤੀ ਹੈ ਅੱਛਾ ਮਾੜੀ ਮਾੜੀ। ਤੁਹਾਨੂੰ ਕੋਈ ਸੁਰਿੰਦਰ ਸਿੰਧਾ ਦੀ ਫਿਲਮ ਜਾਂ ਪੰਜਾਬੀ ਗਾਣਾ ਯਾਦ ਹੈ? ਪੰਜਾਬੀ ਗਾਣਾ ਤਾਂ ਨਹੀਂ ਇੰਨਾ ਯਾਦ ਹੈ। ਕਿ ਕੋਈ ਕੋਈ ਉਹਨਾਂ ਦਾ ਉਹਦਾ ਸੁਣਿਆ ਗਾਣਾ ਤੁਸੀਂ ਸ਼ਰਧਾਂਜਲੀ ਦੇਣ ਆਇਓ? ਉਦਾਂ ਤਾਂ ਉਹਨਾਂ ਦਾ ਇੱਕ ਹੀ ਸੁਣਿਆ, ਉੱਚਾ ਦਰ ਬਾਬੇ ਨਾਨਕ ਦਾ। ਅੱਛਾ, ਪੁੱਤ ਜੱਟਾਂ ਦੇ? ਹਾਂਜੀ। ਤੇ ਅੱਜ ਅੰਤਿਮ ਅਰਦਾਸ ਵੇਲੇ ਤੁਸੀਂ ਸ਼ਰਧਾਂਜਲੀ ਦੇਣ ਆਇਓ ਇਹਨਾਂ ਤਸਵੀਰਾਂ ਦੇ ਜ਼ਰੀਏ, ਤੁਸੀਂ ਕਹਿ ਰਹੇ ਹੋ ਕਿ ਕਿੰਨੇ ਕੁ ਮਿੰਟ ਲੱਗਦੇ ਨੇ ਇਹਨਾਂ ਤਸਵੀਰਾਂ ਨੂੰ ਬਣਾਉਣ ਨੂੰ? 5 ਤੋਂ 10 ਮਿੰਟ? ਹਾਂਜੀ। ਤੁਸੀਂ ਹੋਰ ਵੀ ਕਲਾਕਾਰਾਂ ਦੀਆਂ ਤਸਵੀਰਾਂ ਬਣਾਉਂਦੇ ਹੋ ਨਾਲ? ਹਾਂਜੀ, ਹੋਰ ਵੀ। ਕਿਹਦੀ ਕਿਹਦੀ ਤਸਵੀਰ ਬਣਾਈ ਹੈ ਤੁਸੀਂ? ਆ ਦਲਜੀਤ ਦੋਸਾਂਝੀ ਤੇ ਆ ਗੁਰਦਾਸ ਦੀ ਤੇ ਆ ਗੁਰਦਾਸ ਮਾਨ ਦੀ ਆ ਬੱਬੂ ਮਾਨ ਦੀ ਤੇ ਆ ਸਿੱਧੂ ਮੂਸੇਵਾਲਾ ਤੇ ਸੰਜੇ ਦੱਤ ਆ ਗੁਰਦਾਸ ਮਾਨ ਦੀ ਤੇ ਆ ਸਿੱਧੂ ਮੂਸੇਵਾਲਾ ਤੇ ਉਹਦੀ ਫੈਮਿਲੀ। ਸੋ ਇਹ ਤਸਵੀਰਾਂ ਸਾਰੇ ਕਲਾਕਾਰਾਂ ਦੀਆਂ ਤੁਸੀਂ ਬਣਾਈਆਂ ਨੇ ਔਰ ਤੁਸੀਂ ਆਖਦੇ ਹੋ ਕਿ ਇੱਕ ਦਿਨ ਦੇ ਵਿੱਚ ਸਾਰੀਆਂ ਤਸਵੀਰਾਂ ਇਹ ਬਣਾਈਆਂ ਗਈਆਂ ਤੁਹਾਡੇ ਕੋਲ? ਨਹੀਂ, ਇੱਕ ਦਿਨ ਤਾਂ ਨਹੀਂ, ਇਹਨਾਂ ਨੂੰ ਟਾਈਮ ਲੱਗਾ ਵਾ। ਉਹ ਜਿਹੜੀ ਤਸਵੀਰ ਬਣਾਈ ਉਹ ਤਾਂ ਮੈਂ ਥੋੜਾ ਚਿਰ ਚ ਬਣਾਤੀ। ਹਾਂਜੀ। ਅੱਛਾ, ਕਿਵੇਂ ਯਾਦ ਕਰਦੇ ਹੋ ਬੇਟਾ ਅੱਜ ਸ਼ਰਧਾਂਜਲੀ ਦੇਣ ਆਇਓ ਸੁਰਿੰਦਰ ਸਿੰਧਾ ਨੂੰ? ਤੁਸੀਂ ਕਹਿ ਰਹੇ ਹੋ ਕਿ ਮੈਂ ਉੱਚਾ ਦਰ ਬਾਬੇ ਨਾਨਕ ਦਾ ਜਾਂ ਪੁੱਤ ਜੱਟਾਂ ਦਾ ਗਾਣਾ ਸੁਣਿਆ ਹੈ ਨਾ, ਕਿਵੇਂ ਕਿਵੇਂ ਅੱਜ ਸ਼ਰਧਾਂਜਲੀ ਦੇਣ ਆਇਓ, ਕਿਵੇਂ ਯਾਦ ਕਰਦੇ? ਉਹਨਾਂ ਦੇ ਮੂਵੀਜ਼ ਤੇ ਗਾਣੇ ਬਹੁਤ ਵਧੀਆ ਸੀ ਤੇ ਚਲੋ ਦੁੱਖ ਦੀ ਗੱਲ ਆ ਕਿ ਉਹ ਨਹੀਂ ਰਹਿ ਤੇ ਮੈਂ ਕਿਹਾ ਸ਼ਰਧਾਂਜਲੀ ਦੇਣ ਲਈ ਫੋਟੋ ਬਣਾ ਲੈਣਾ ਫਿਰ ਦੱਸਿਆ ਕਿ। ਹਾਂਜੀ। ਤੁਸੀਂ ਵੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਹੋ, ਬੱਚੇ ਦੇ ਹੱਥ ਫੋਟੋਆਂ ਨੇ, ਕਿਵੇਂ ਦਾ ਪਿਆਰ? ਕਿਉਂਕਿ ਕਈ ਫੈਨ ਦੇਖ ਰਹੇ ਆ, ਅੱਖਾਂ ਦੇ ਵਿੱਚ ਹੰਝੂ ਵੀ ਨੇ ਔਰ ਕਈ ਰਿਕਾਰਡ ਪੁਰਾਣੇ ਪੁਰਾਣੇ ਲੈ ਕੇ ਇੱਕ ਸ਼ਖਸ ਉੱਥੇ ਸਟਾਲ ਲਾਈ ਬੈਠਾ, ਕਿਵੇਂ ਦੇਖਦੇ ਹੋ ਇਸ ਕਲਾਕਾਰੀ ਜਦੋਂ ਅਲਵਿਦਾ ਕਹਿ ਜਾਂਦਾ ਕਲਾਕਾਰ? ਹਾਂਜੀ, ਅੱਜ ਤਾਂ ਸਾਰਾ ਪੰਜਾਬ ਹੀ ਮੇਰੇ ਖਿਆਲ ਆ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਅੱਜ ਜਿਹੜਾ ਉਹਨਾਂ ਸ਼ਮੂਲੀਅਤ ਕੀਤੀ ਆ। ਸੋ ਵੱਡੇ ਵੱਡੇ ਗਾਇਕ ਹੰਸ ਰਾਜ ਹੰਸ ਜੀ ਸਾਰੇ ਹੀ ਜਿਹੜੇ ਗਾਇਕ ਆ, ਇਹ ਸ਼੍ਰੋਮਣੀ ਗਾਇਕ ਦਾ ਇਹਨਾਂ ਨੂੰ ਅਵਾਰਡ ਮਿਲਿਆ ਸੀ, ਬੜੀ ਵੱਡੀ ਇਹਨਾਂ ਦੀ ਪੰਜਾਬ ਨੂੰ ਦੇਣ ਸੀ। ਵਰਲਡ ਦੇ ਵਿੱਚ ਜਿਹੜਾ ਪੰਜਾਬ ਦਾ ਨਾਂ ਸੁਰਿੰਦਰ ਸ਼ਿੰਦਾ ਨੇ ਰੋਸ਼ਨ ਕੀਤਾ, ਪੁੱਤ ਜੱਟਾਂ ਦੇ ਫਿਲਮ ਤੋਂ ਲੈ ਕੇ ਪੁੱਤ ਜੱਟਾਂ ਦੇ 2 ਤੱਕ ਜਿੱਥੋਂ ਤੱਕ ਉਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬੜਾ ਵੱਡਾ ਉਹਨਾਂ ਦਾ ਯੋਗਦਾਨ ਸੀ। ਸੋ ਨਿੱਕੇ ਹੁੰਦਿਆਂ ਮੈਂ 73 ਦੀ ਗੱਲ ਆ, ਜਦੋਂ ਇਹਨਾਂ ਦੇ ਗੀਤ ਸੁਣਦੇ ਹੁੰਦੇ ਸਾਂ, 2 ਊਠਾਂ ਵਾਲੇ ਲੁੱਟ ਕੇ ਸੇਜ ਸੱਸੀ ਦੇ ਲੈ ਗਏ ਅਤੇ ਮੈਨੂੰ ਯਾਦ ਆ ਕਿ ਅਸੀਂ ਉਹ ਇੱਕ ਦਰਖਤ ਹੁੰਦਾ ਸੀ, ਉਹਦੇ ਪੱਤੇ ਥੋੜ੍ਹੇ ਵੱਡੇ ਹੁੰਦੇ ਸੀ, ਉਦੋਂ ਟੇਪ ਜਿਹੜੇ ਹੈਗੇ ਸੀ LP ਦੀ ਰਿਕਾਰਡ ਹੁੰਦੇ ਸੀ ਅਤੇ ਅਸੀਂ ਉਹਨਾਂ ਦੇ ਉੱਤੇ ਰੱਖ ਕੇ ਇੱਕ ਤੀਲਾ ਰੱਖ ਕੇ ਅਤੇ ਉਹਨਾਂ ਨੂੰ ਚਲਾਉਣਾ ਅਤੇ ਸ਼ਿੰਦਾ ਜੀ ਦੇ ਗਾਣੇ ਆਪ ਬੋਲਣ ਡਹਿ ਪੈਣੇ ਨਿੱਕੇ ਹੁੰਦਿਆਂ ਨੇ। ਸੋ ਬੜੀਆਂ ਵਧੀਆ ਮਿੱਠੀਆਂ ਯਾਦਾਂ ਅੱਜ ਨਾ ਬੜੀਆਂ ਯਾਦਾਂ ਰਹਿ ਜਾਂਦੀਆਂ। ਇਹ ਤੁਹਾਡਾ ਬੇਟਾ? ਜੀ ਹਾਂਜੀ ਬੇਟਾ ਜੀ। ਇਹ ਤਸਵੀਰਾਂ ਸਾਰੇ ਕਲਾਕਾਰਾਂ ਦੀਆਂ ਬਣਾਉਂਦੇ? ਜੀ, ਜਿਹਦੀ ਮਰਜ਼ੀ ਲਾਈਵ ਵੀ ਬਣਾ ਲਓ, ਲਾਈਵ ਇਹਨੇ ਬਣਾਉਣੀ ਆ, 4-6 ਮਿੰਟ 'ਚ ਬਣਾ ਦਿੰਦਾ ਲਾਈਵ। ਸੁਰਿੰਦਰ ਸਿੰਧਾ ਦੀ ਤਸਵੀਰ ਬਣਾ ਕੇ ਇੱਥੇ ਤੁਸੀਂ ਪਹੁੰਚੇ ਹੋ? ਜੀ। ਸੁਰਿੰਦਰ ਸਿੰਧਾ ਦੇ ਗਾਇਕੀ ਨੂੰ ਬੱਚਾ ਪਿਆਰ ਕਰਦਾ? ਜੀ, ਬਹੁਤ ਪਿਆਰ ਕਰਦਾ ਜੀ, ਅਸੀਂ ਬਹੁਤ ਪਿਆਰ ਕਰਦੇ ਕਿਉਂਕਿ ਉਹਨਾਂ ਦੇ ਪਰਿਵਾਰ 'ਚ ਬੈਠ ਕੇ ਸੁਣਨ ਵਾਲੇ ਸਾਰੇ ਸੌਂਗ, ਜਿੱਦਾਂ ਮੈਂ ਫਿਲਮਾਂ ਵਗੈਰਾ ਬਹੁਤ ਦੇਖਣ ਵਾਲੇ, ਬਹੁਤ ਵਧੀਆ ਸੀਗਾ। ਕਿਉਂਕਿ ਚਲੋ ਅਫਸੋਸ ਹੈ ਇਸ ਗੱਲ ਦਾ ਕਿ ਉਹ ਆਪਣੇ ਵਿੱਚ ਅੱਜ ਨਹੀਂ ਰਹੇ, ਸ਼੍ਰੋਮਣੀ ਗਾਇਕੀ ਨੂੰ ਘਾਟਾ ਬਹੁਤ ਜ਼ਿਆਦਾ ਪਿਆ ਅਤੇ ਕੋਈ ਸ਼ਬਦ ਨਹੀਂ ਰਹਿ ਗਿਆ ਸਰ ਅੱਗੇ ਕਹਿਣ ਵਾਸਤੇ। ਸੁਰਿੰਦਰ ਸਿੰਧਾ ਦੇ ਅੰਤਿਮ ਅਰਦਾਸ ਵੇਲੇ ਅਲੱਗ ਅਲੱਗ ਤਰੀਕੇ ਦੇ ਨਾਲ, ਚਾਹੇ ਉਹ ਇਹ ਛੋਟਾ 13 ਸਾਲ ਦਾ ਬੱਚਾ, ਚਾਹੇ ਕਈ ਹੋਰ ਜਿਹੜੇ ਸਟਾਲ ਲੱਗੇ ਨੇ ਇੱਥੇ, ਜਿਹੜਾ ਇੱਕ ਸ਼ਖਸ ਸਟਾਲ ਲਾ ਕੇ ਇੱਥੇ ਪੁਰਾਣੀਆਂ ਸੀਡੀਆਂ ਅਤੇ ਪੁਰਾਣੀਆਂ ਫਿਲਮਾਂ ਦੇ ਤਸਵੀਰਾਂ ਦੇ ਨਾਲ ਇੱਥੇ ਸਟਾਲ ਲਾ ਕੇ ਯਾਦ ਕਰ ਰਿਹਾ। ਸੋ ਹਰ ਕੋਈ ਸੁਰਿੰਦਰ ਸਿੰਧਾ ਦੀ ਲੋਕ ਗਾਇਕੀ ਨੂੰ ਯਾਦ ਕਰ ਰਿਹਾ, ਚਾਹੇ ਉਹ ਇਸ ਦੁਨੀਆ ਦੇ ਵਿੱਚ ਅੱਜ ਨਹੀਂ ਹੈ ਪਰ ਯਾਦਾਂ ਕਲਾਕਾਰਾਂ ਦੀਆਂ ਪਿੱਛੇ ਰਹਿ ਜਾਂਦੀਆਂ ਨੇ। ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ, PTC ਨਿਊਜ਼, ਲੁਧਿਆਣਾ।